ਗਾਲਬ ਨੂੰ ਜੇ ਉਸਦੇ ਇਸ਼ਕ ਨੇ ਸ਼ਾਇਰ ਬਣਾਇਆ ਸੀ ਤਾਂ ਇਸ 12-13 ਸਾਲ ਦੇ ਮੁੰਡੇ ਨੂੰ ਉਸ ਦੀਆਂ ਉਹਨਾਂ ਮੁਸੀਬਤਾਂ ਨੇ ਸ਼ਾਇਰ ਬਣਾਇਆ ਜਿਨ੍ਹਾਂ ਨਾਲ ਹੋਸ਼ ਸੰਭਾਲਣ ਤੋਂ ਲੈ ਕੇ ਹੀ ਉਸਦਾ ਵਾਹ ਪੈਂਦਾ ਚਲਾ ਆ ਰਿਹਾ ਸੀ। ਜਦ ਮੇਰੇ ਕੁਝ ਦੋਸਤ ਮੈਨੂੰ ਵੀ ਖਿੱਚ ਘਸੀਟ ਕੇ ਤੇ ਲੋਹੜੀ ਦੇ ਇੱਕ ਪਿੜ ਵਿੱਚ ਲੈ ਗਏ, ਸ਼ਾਇਦ ਉਸ ਉਹਨਾਂ ਵਿੱਚੋਂ ਕਈ ਐਸੇ ਵੀ ਸਨ ਜਿਹੜੇ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਸੱਚਮੁੱਚ ਇਹ ਮੁੰਡਾ ਜ਼ੁਬਾਨੀ ਸ਼ਾਇਰੀ ਕਰ ਲੈਂਦਾ ਹੈ ਜਾਂ ਖੜੇ ਪੈਰੀ ਸ਼ਾਇਰੀ ਕਰ ਲੈਂਦਾ ਹੈ। ਉੱਥੇ ਜਾ ਕੇ ਇੱਕ ਮਿੱਤਰ ਵੱਲੋਂ ਫਰਮਾਇਸ਼ ਪਈ, ਲੈ ਬਈ ਹੰਸ ਸੁਣਾ ਦੇ ਫਿਰ ਕੋਈ ਚੌਂਦਾ ਚੌਂਦਾ ਬੈਂਕ ਜੋੜ ਕੇ। ਉਦੋਂ ਅਜੇ ਮੈਂ ਨਾਨਕ ਸਿੰਘ ਨਹੀਂ ਸਾਂ ਬਣਿਆ, ਮੇਰਾ ਜਮਾਂਦਰੂ ਨਾਂ ਹੰਸ ਰਾਜ ਸੀ ਤੇ ਹੰਸ ਕਰਕੇ ਮੈਂ ਪੁਕਾਰਿਆ ਜਾਂਦਾ ਸਾਂ। ਕਵਿਤਾ ਵਿੱਚ ਵੀ ਮੈਂ ਇਸੇ ਨਾਂ ਨੂੰ ਵਰਤਦਾ ਸਾਂ ਤੇ ਉਸੇ ਫਰਮਾਇਸ਼ੀ ਨੂੰ ਸੰਬੋਧਨ ਕਰਕੇ ਉਦੋਂ ਜਿਹੜੀਆਂ 4 ਤੁੱਕਾਂ ਮੈਂ ਬੋਲੀਆਂ ਉਹ ਅੱਜ ਵੀ ਮੈਨੂੰ ਯਾਦ ਨੇ, ਜੋ ਇਸ ਪ੍ਰਕਾਰ ਸਨ। ਕਾਫ ਕਿੱਥੋਂ ਲਿਆਵਾਂ ਮੈਂ ਬੈਂਤ ਚੁੰਦੇ, ਜਦ ਕਿ ਖੂਨ ਵਿੱਚ ਮੇਰੀ ਜ਼ਬਾਨ ਚੁੰਦਾ, ਤੇਰੇ ਜਿਹੇ ਖੁਸ਼ਬਖਤ ਕੀ ਸਾਰ ਜਾਣਨ, ਕਿਵੇਂ ਅੱਖੀਆਂ ਥਾਣੀ ਇਨਸਾਨ ਚੁੰਦਾ। ਜਾ ਕੇ ਪੁੱਛ ਨਸੀਬ ਦੇ ਮਾਰਿਆਂ ਨੂੰ, ਹੇਠੋਂ ਜ਼ਮੀਨ ਤੇ ਉੱਤੋਂ ਅਸਮਾਨ ਚੁੰਦਾ, ਨਾ ਪੁੱਛ ਹਾਲ ਤੂੰ ਹੰਸ ਦੁਖਿਆਰੜੇ ਦਾ, ਜਿੱਥੇ ਮੈਂ ਸੌਂਦਾ ਉਹ ਮਕਾਨ ਚੁੰਦਾ। Universally acknowledged as the father of the modern Punjabi novel, Sardar Nanak Singh was born on July 4, 1897 in a modest Hindu family living in village Chak Hamid, Tehsil Daddan Khan, district Jhelum, now in Pakistan. He was named Hans Raj. In 1915, when he was barely 18, he converted to Sikhism. Putting aside some amateur religious and non-religious verse that had earned him some fame, he plunged into the communal politics of the time in Punjab, participating in a public meeting held in Jallianwala Bagh on April 13, 1919. He narrowly escaped when General Dyer's men rained bullets, resulting in a massacre. Nanak Singh responded by writing the long poem Khuni Vesakhi, Bloody Besakhi. The book was banned by the British. A copy was finally retrieved from London and republished in 1980. ਬੋਜ ਦਾ ਸਭ ਤੋਂ ਪਹਿਲਾ ਨਾਵਲ ਮਤਰੇਈ ਮਾਂ ਸੀ, ਜਿਹੜਾ ਕਿ ਅੱਜ ਵੀ ਓਨਾ ਪਾਪੂਲਰ ਹੈ, ਔਰ ਅਖੀਰਲਾ ਨਾਵਲ ਉਹਨਾਂ ਦਾ ਗਗਨ ਦਮਾਮਾ ਵਾਜਿਆ ਸੀ। ਇਹਦੇ ਵਿੱਚ ਇੰਨੇ ਜ਼ਿਆਦਾ ਉਹਨਾਂ ਦੀ ਲੀਡਰਸ਼ਿਪ ਵਧੀ ਕਿ ਚਿੱਟਾ ਲਹੂ ਔਰ ਪਵਿੱਤਰ ਪਾਪੀ ਨਾਵਲ ਹਰ ਬੱਚੇ ਦੀ ਹਰ ਵੱਡੇ ਦੀ ਜ਼ਬਾਨ ਦੇ ਉੱਤੇ ਸੀ। ਬੋਜ ਹਰ ਸਾਲ ਨਵਾਂ ਨਾਵਲ ਪਹਾੜ 'ਤੇ ਜਾ ਕੇ, ਬਹੁਤਾ ਪਹਿਲਾਂ ਉਹ ਸ਼੍ਰੀਨਗਰ ਵੀ ਇੱਕ ਦੋ ਵਾਰੀ ਗਏ, ਧਰਮਸ਼ਾਲਾ ਵੀ ਗਏ, ਪਰ ਬਾਅਦ ਵਿੱਚ ਉਹ ਹਰ ਸਾਲ ਡਲਹੌਜ਼ੀ ਜਾਂਦੇ ਸੀ ਅਤੇ ਉੱਥੋਂ ਇੱਕ ਨਵਾਂ ਨਾਵਲ ਦਾ ਖਰੜਾ ਲਿਖ ਕੇ ਲਿਆਉਂਦੇ ਸੀ। ਐਕਚੁਅਲੀ ਉਹ ਸਾਰਾ ਸਾਲ ਉਹ ਇੱਕ ਕਹਾਣੀ ਬਾਰੇ, ਉਸ ਨਾਵਲ ਬਾਰੇ ਸੋਚਦੇ ਰਹਿੰਦੇ ਸੀ, ਛੋਟੇ ਛੋਟੇ ਨੋਟਸ ਲੈਂਦੇ ਰਹਿੰਦੇ ਸੀ ਡਾਇਰੀ ਵਿੱਚ। ਫਿਰ ਜਦੋਂ ਉਹਨਾਂ ਨੇ ਡਲਹੌਜ਼ੀ ਇੱਕ ਮਹੀਨਾ ਲਗਾਉਣਾ ਅਤੇ ਪੂਰੇ ਨਾਵਲ ਦਾ ਪਹਿਲੀ ਲਿਖਤ ਉਹਨਾਂ ਨੇ ਉੱਥੋਂ ਲਿਖ ਕੇ ਲਿਆਉਣੀ 300-400 ਸਫ਼ੇ ਦੀ, ਉਹਨੂੰ ਆ ਕੇ ਫਿਰ ਨਾਲੋਂ ਨਾਲ ਸੋਧਦੇ ਰਹਿਣਾ, ਕਾਂਡਾਂ ਵਿੱਚ ਬਦਲੀ ਕਰਦੇ ਰਹਿਣਾ। ਬਹੁਤ ਜੀ ਜਿੰਨੇ ਵੱਡੇ ਨਾਵਲਕਾਰ ਸੀ ਉਸ ਤੋਂ ਵੀ ਵੱਡੇ ਉਹ ਇਨਸਾਨ ਸੀ।
ਪਹਿਲੀ ਵਾਰ ਮੈਂ ਸਰਦਾਰ ਨਾਨਕ ਸਿੰਘ ਜੀ ਹੋਰਾਂ ਨੂੰ ਅੰਮ੍ਰਿਤਸਰ ਬਾਈ ਸੇਵਾ ਬਾਜ਼ਾਰ ਵਿੱਚ ਦੇਖਿਆ। ਉਹਨਾਂ ਦੇ ਨਾਵਲਾਂ ਵਰਤੋਂ ਮੈਂ ਬਹੁਤ ਪ੍ਰੇਰਿਤ ਹੋਇਆ, ਥੋੜ੍ਹਾ ਨਹੀਂ ਬਹੁਤ ਪ੍ਰੇਰਿਤ ਹੋਇਆ, ਔਰ ਮੈਨੂੰ ਇੱਕ ਤਰ੍ਹਾਂ ਨਾਲ ਤਾਕਤ ਮਿਲੀ ਹੈ। ਮੈਂ ਨਾਨਕ ਸਿੰਘ ਜੀ ਹੋਰਾਂ ਦਾ ਇਸ ਕਰਕੇ ਸਤਿਕਾਰ ਕਰਦਾ ਅਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਕਿੱਸਾ ਕਾਵਿ 'ਚੋਂ ਕੱਢ ਕੇ ਸਾਰਥਕ ਲੀਹਾ 'ਤੇ ਲਿਆ ਕੇ ਖੜ੍ਹਾ ਕੀਤਾ। ਭਾਵੇਂ ਉਹਨਾਂ ਨੇ ਸੁਧਾਰਵਾਦੀ ਨਾਵਲ ਲਿਖੇ, ਲੇਕਿਨ ਇੱਕ ਪਰੰਪਰਾ, ਪੁਰਾਣੀ ਪਰੰਪਰਾ ਨੂੰ ਤੋੜ ਕੇ ਨਵੀਂ ਪਰੰਪਰਾ ਨੂੰ ਸ਼ੁਰੂ ਕੀਤਾ, ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮਗਰੋਂ ਫਿਰ ਜਿੰਨੇ ਨਾਵਲ ਲਿਖੇ ਗਏ ਜਾਂ ਸਾਹਿਤ ਰਚਿਆ ਗਿਆ, ਉਹਦੀ ਰਚਨਾ ਜਿਹੜੀ ਸੀ ਉਹ ਜ਼ਿੰਦਗੀ ਲਈ ਔਰ ਪੰਜਾਬ ਦੇ ਲੋਕਾਂ ਲਈ ਇੱਕ ਅਮਰ ਗਾਥਾ ਬਣ ਗਈ। ਇਹ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਇਹ ਹੈ ਕਿ ਪੰਜਾਬੀ ਸਾਹਿਤ ਦਾ ਮੁੱਢ ਵੱਢਣ ਵਾਲਿਆਂ 'ਚ, ਦੀਆਂ ਭਰਨ ਵਾਲਿਆਂ ਵਿੱਚ ਨਾਨਕ ਸਿੰਘ ਹਮੇਸ਼ਾ ਯਾਦ ਰਹਿਣਗੇ ਲੋਕਾਂ ਨੂੰ, ਉੱਤੇ ਉਹ ਸਾਰੀ ਜਿੰਨੀ ਮਰਜ਼ੀ ਹੋਈ ਜਾਵੇ। ਔਰ ਮੇਰੇ ਲਈ ਉਹ ਗੁਰੂ ਸਮਝ ਲਓ ਜਾਂ ਮੈਨੂੰ ਧੱਕਾ ਲਾਉਣ ਵਾਲੇ ਸਮਝ ਲਓ ਜਾਂ ਸ਼ਾਬਾਸ਼ ਦੇਣ ਵਾਲੇ ਸਮਝ ਲਓ, ਉਹ ਪਹਿਲੇ ਲੇਖਕ ਸੀ ਜਿਨ੍ਹਾਂ ਨੇ ਮੇਰੀ ਲਿਖਤ ਨੂੰ ਸ਼ਾਬਾਸ਼ ਦਿੱਤੀ ਔਰ ਮੈਨੂੰ ਉੱਠਦਾ ਕੀਤਾ, ਅਤੇ ਮੈਂ ਹੌਸਲਾ ਫੜ ਕੇ ਇਹ ਸਾਹਿਤ ਦੇ ਮੈਦਾਨ ਵਿੱਚ ਖੜੋ ਗਿਆ ਜੀ। ਔਰ ਉਹਨਾਂ ਦੀ ਸ਼ਾਬਾਸ਼ ਨਾਲ, ਉਹਨਾਂ ਦੇ ਸਿਰ 'ਤੇ ਹੱਥ ਨਾਲ ਮੈਂ ਅੱਜ 93 ਸਾਲ ਵਿੱਚ ਉੱਥੇ ਹੀ ਖੜ੍ਹਾ ਜਿੱਥੇ ਉਹਨਾਂ ਨੇ ਮੈਨੂੰ ਤੋਰਿਆ ਸੀ। Nanak Singh had become a full-time writer, publishing new works year after year for nearly 5 decades, leaving behind a formidable body of works. 59 books, including 38 novels, 4 collections of short stories, 5 plays, 4 collections of early verse, and an autobiography, Meri Dunya, My World, published in 1949. His last fictional work was Gagan Damama Bajiyan, or Drums of War, in 1967. Although a full-time writer who spent considerable time away from home, Nanak Singh did not shy away from family responsibilities. Nanak Singh ji was introduced to me by Gyani Kartar Singh Hitkari, Amrita Pritam's father, who was trying to wean me away from the nuns who were teaching me in Sacred Heart School, and he wanted to introduce me to Punjabi literature. And Nanak Singh was the first one he brought into my focus, because he knew that if I start reading Nanak Singh, I'll automatically graduate to reading Gurbani and understanding its meanings. Anyway, Nanak Singh was my first love in Punjabi literature. And I used to wonder at times, though I was just 8 years old, that Prem Chand was so much admired by all the Hindi speaking world, and Prem Chand was taken to the heights of Chekhov and Dostoevsky. But why didn't the Punjabi reading people love him so much to take him to the same heights by their criticism, their accolades, their reading his books? Everybody enjoyed his books, but nobody ever tried to give him the place that he actually deserved, and that was a very high pedestal place. Then gradually we met in Delhi, not in Lahore, and Nanak Singh ji came across like a saintly person. He was not even conscious of what heights he had achieved. That was the most beautiful thing about him,
the innocence which reflected on his face, which was like an aura. An immortal poet and a great novelist, his love for the country really came to the forefront when he wrote great Khooni Baisakhi, which was an challenge to the colonial rule. Sardar Nanak Singh Ji wrote great epics like Pavitra Papi and Chitta Lahu, which became a household name. And Sardar Nanak Singh Ji was of a firm belief that if India have to progress, it has to give due weightage to its women folk, to become like Kamini of his great work Kati Hoi Patang and Pushpa of Pyar Di Duniya. Sardar Nanak Singh Ji really was father of Punjabi novel, and he wrote over 50 books. I really like his autobiography Meri Duniya and his various other works, which are very heart touching. Nanak Singh sought to reflect observed reality through narratives that were overtly romantic in tone, but nevertheless carried a message. Matrey Ma, or Stepmother, was his first published work, sold to a publisher in Amritsar for barely 10 rupees, and the second was Kal Chakra, or Wheel of Time, sold for 15 rupees. But Matrey Ma was actually not his first attempt at fiction, because he had written the first draft of Adh Khili Kali, or Half Blossomed Bud, during a 10-month stint in the Lahore jail. The draft was confiscated by the British jail authorities. 18 years later, it was redrafted and published as Adh Khiriya Phul, translated as A Life Incomplete, which became the turning point in his writing career. Even though Chitta Lahu, White Blood, published in 1932, had already established him as a writer to reckon with. These were followed by his more formidable works like Pavitra Papi or Saintly Sinner, later renamed The Watchmaker, which was also made into a film, Nasoor, Unhealed Wound, and Ikmian Do Talwaran, Two Swords in a Sheath, which brought him the Sahitya Academy Award in 1962. Nanak Singh was a great Indian writer, writing in Punjabi language. He is a sort of a writer who made us proud of our literature and our heritage. We all know that he began his writing career with some devotional songs and very religious writings. But later on, he developed into a social fighter. He wrote strongly against the British rule. His books were banned, and he went to jail for a while. Nanak Singh is an ideal character for us, that he showed his strength of his character, strength of his mind, strength of his pain, and he showed us the way how to live and write, because he was not only a writer, his life was also an example for next generation writers. He got the Sahitya Academy Award and received it from Radhakrishnan, and he made the prize more valuable because writers like him was presented with this award. Nanak Singh, will always remember him as a pathfinder and one of the great novelists of India. Sardar Nanak Singh, ਜਿਨ੍ਹਾਂ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਵੀ ਆਖਿਆ ਜਾਂਦਾ, ਮੋਢੀ ਨਾਵਲਕਾਰ ਸਨ ਜ਼ਿੰਦਗੀ ਵਿੱਚ। ਮੈਂ ਵੀ ਸਭ ਤੋਂ ਪਹਿਲਾ ਨਾਵਲ ਜਿਹੜਾ ਪੜ੍ਹਿਆ ਉਹ ਨਾਨਕ ਸਿੰਘ ਹੋਰਾਂ ਦਾ ਸੀ, ਪਵਿੱਤਰ ਪਾਪੀ। ਉਸ ਨਾਵਲ ਨੇ ਇੰਨਾ ਪ੍ਰਭਾਵਿਤ ਕੀਤਾ, ਪਤਾ ਨਹੀਂ ਉਦੋਂ 10ਵੀਂ ਜਮਾਤ ਵਿੱਚ ਸੀ ਮੈਂ, ਉਮਰ ਛੋਟੀ ਸੀ ਜਾਂ ਸੈਂਟੀਮੈਂਟਸ ਭਾਰੂ ਸੀ, ਕਿ ਉਸ ਤੋਂ ਮਗਰੋਂ ਕੋਈ ਵੀ ਉਹਨਾਂ ਦਾ ਨਾਵਲ ਹੱਥ ਲੱਗਿਆ ਤਾਂ ਉਹ ਪੜ੍ਹੇ ਬਿਨਾਂ ਨਹੀਂ ਛੱਡਿਆ। ਉਹਦੇ ਵਿੱਚ ਕਾਰਨ ਇੱਕ ਇਹ ਸੀ ਕਿ ਉਹਨਾਂ 'ਚ ਕਹਾਣੀ ਰਸ ਬਹੁਤ ਹੁੰਦਾ ਸੀ, ਪਾਠਕ ਨੂੰ ਆਪਣੇ ਨਾਲ ਨਾਲ ਹੀ ਲੈ ਜਾਂਦੇ ਸੀਗੇ।
ਉਹ ਖੁਸ਼ਕ ਰਿਐਲਿਟੀ ਜਾਂ ਨਿਰੋਲ ਭਾਵਕਤਾ ਰੋਮਾਂਟਿਕ ਨਹੀਂ ਸੀ ਹੁੰਦੇ ਉਹ ਦੋਨਾਂ ਦਾ ਇੱਕ ਸੁਮੇਲ ਰੱਖਦੇ ਸੀ ਜਿਹਦੇ ਵਿੱਚ ਇੱਕ ਐਸਥੈਟਿਕਸ ਵੀ ਹੁੰਦੀ ਸੀ ਇਸ ਕਰਕੇ ਅੱਜ ਤੱਕ ਵੀ ਅਸੀਂ ਉਹਨਾਂ ਨੂੰ ਬਹੁਤ ਸਾਰੇ ਨਾਵਲਕਾਰਾਂ ਨੇ ਮਾਡਲ ਬਣਾ ਕੇ ਉਹਨਾਂ ਦੇ ਪਿੱਛੇ ਤੁਰੇ ਨੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਧ ਮੈਨੂੰ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਅੱਜ ਕੱਲ੍ਹ ਲੋਕ ਲਿਖਦੇ ਹੋਰ ਨੇ ਅਤੇ ਜਿਉਂਦੇ ਹੋਰ ਨੇ ਅਤੇ ਮੈਂ ਸਮਝਦੀ ਹਾਂ ਕਿ ਸਾਹਿਤ ਜਿਉਣਾ ਬਹੁਤ ਔਖਾ ਹੈ ਪਰ ਨਾਨਕ ਸਿੰਘ ਹੋਰੀ ਜਿਨ੍ਹਾਂ ਨੂੰ ਬਾਊ ਜੀ ਆਖਦੇ ਸੀਗੇ ਟੱਬਰ ਦੇ ਸਾਰੇ ਜੀ ਇੱਕ ਵਾਰੀ ਫੋਟੋ ਕਰਨ ਲੱਗੇ ਉਹਨਾਂ ਦੀ ਸਾਰੇ ਮੁੰਡੇ ਕੋਟ ਪੈਂਟਾਂ ਪਾ ਕੇ ਟਾਈਆਂ ਲਾ ਕੇ ਖੜ੍ਹ ਗਏ ਫੋਟੋ ਖਿਚਾਉਣ ਅਤੇ ਉਹ ਉਹਨਾਂ ਨੇ ਖੱਦਰ ਦਾ ਸੂਟ ਪਾਇਆ ਹੋਇਆ ਸੀ ਕਿਸੇ ਨੇ ਪੁੱਛਿਆ ਬਾਊ ਜੀ ਇਹ ਮੁੰਡੇ ਤੁਹਾਡੇ ਇੰਨੇ ਸਜੇ ਵਜੇ ਖੜ੍ਹੇ ਨੇ ਤੁਸੀਂ ਖੱਦਰ ਦਾ ਸੂਟ ਪਾਇਆ ਹੋਇਆ ਕਹਿੰਦੇ ਭਾਈ ਇਹ ਤਾਂ ਨਾਨਕ ਸਿੰਘ ਨਾਵਲਿਸਟ ਦੇ ਮੁੰਡੇ ਨੇ ਮੈਂ ਇੱਕ ਛੋਟੇ ਜਿਹੇ ਹਟਵਾਣੀਏ ਦਾ ਮੁੰਡਾ ਇਹ ਫਰਕ ਹੈ ਸੋ ਇੱਥੇ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਮੈਂ ਆਪਣੀ ਛੋਟੀ ਪੋਜੀਸ਼ਨ ਕਿਉਂ ਦੱਸਦਾ ਉਹਨਾਂ ਨੇ ਇੱਕ ਸੱਚ ਨੂੰ ਜਰਨ ਦਾ ਸੱਚ ਨੂੰ ਆਖਣ ਦੀ ਜ਼ਰੂਰਤ ਵੀ ਸੀ ਇਸੇ ਕਰਕੇ ਸਮਾਜ ਵਿੱਚ ਉਹਨਾਂ ਨੇ ਜੋ ਵੀ ਕੁਛ ਦੇਖਿਆ ਉਹਨੂੰ ਇੱਕ ਸੱਚੇ ਰੂਪ ਵਿੱਚ ਪੇਸ਼ ਕੀਤਾ ਵੈਨ ਹੀ ਵਾਜ਼ ਅਲੋਨ ਆਈ ਕੁਆਇਟਲੀ ਸਾਇਲੈਂਟਲੀ ਵਾਚਡ ਇਸ ਮੋਰ ਦੈਨ ਪ੍ਰੋਸੈਸ ਆਫ ਇੰਡੀਵਿਜੁਅਲਿਟੀ ਹੀ ਯੂਜ਼ ਟੂ ਸਮ ਟਾਈਮ ਟਾਕ ਟੂ ਇਸ ਓਨ ਸੈਲਫ ਆਰ ਵਨ ਡੇ ਆਈ ਫਾਊਂਡ ਦੈਟ ਵਾਇਲ ਰਾਈਟਿੰਗ ਨੋਵਲ ਪਵਿੱਤਰ ਪਾਪੀ ਆਈ ਜਸਟ ਸਟੈਪਡ ਇਨ ਦੈਟ ਰੂਮ ਟੀਅਰਸ ਵਰ ਕੰਟੀਨਿਊਸਲੀ ਸ਼ੈਡਿੰਗ ਫਰੋਮ ਹਿਸ ਆਈਜ਼ ਦੈਨ ਵਨ ਡੇ ਆਈ ਆਸਕ ਦੈਟ ਹਾਓ ਕਮ ਦੈਟ ਵਾਇਲ ਰਾਈਟਿੰਗ ਯੂ ਵੀਪ ਆਲਸੋ ਹੀ ਸੈਡ ਨੋ ਇਟਸ ਐਕਚੁਲੀ ਦਾ ਕਰੈਕਟਰ ਵੈਨ ਆਈ ਡਿਸਕ੍ਰਾਈਬ ਇਨ ਰਾਈਟਿੰਗ ਆਈ ਗੈਟ ਹੋਲੀ ਟੋਟਲੀ ਇਨਵੋਲਵ ਇਨ ਦੈਟ ਐਂਡ ਦੈਟ ਕੀਪਸ ਵੀ ਟੇਕਿੰਗ ਅਲੋਂਗ ਇਨ ਦਾ ਮਾਈਟੀ ਫਲੋ ਆਫ ਦੈਟ ਕਰੈਕਟਰ ਦੈਟ ਆਈ ਐਟ ਟਾਈਮਸ ਫੀਲ ਦੈਟ ਪਰਟੀਕੁਲਰ ਕਰੈਕਟਰ ਆਈ ਐਮ ਡਿਸਕ੍ਰਾਈਬਿੰਗ ਇਨ ਮਾਈ ਨੋਵਲ ਆਈ ਐਮ ਨਨ ਐਲਸ ਬਟ ਏ ਪਾਰਟ ਆਫ ਦੈਟ ਦੈਟ ਪਰਟੀਕੁਲਰ ਕਰੈਕਟਰ ਐਂਡ ਵਾਇਲ ਰਾਈਟਿੰਗ ਦਿਸ ਕਰੈਕਟਰ while telling me this all again the tears were shedding from his eyes so that's only a few people I think could be of that height of human character having got a raw deal from the publishers of his first two novels in Amritsar he decided to turn publisher of his own books in 1929 with Prem Sangeet music of love his earnings from the best selling collection of religious songs Satguru Mahima, Great Guru's Aura, helped him overcome the trauma of years of struggle. Fondly called Bauji, not only by his family, but by all others he came into contact with while strolling the streets, Nanak Singh was not averse to enjoying a Hindi film at the nearby Nishath Theatre. While not writing or plotting his next novel, he would spend a lot of time in the Guru Ram Das Library within the majestic Golden Temple complex. He would spend hours contemplating at a multi-religious temple in the heart of the city and go for long walks in the famous Company Bagh, once the exclusive domain of the British. Well, I was a student in Moscow, in Russia, in the Film Institute, studying film direction, actually, when my father came there with a delegation. And he told me that he had become good friends with a gentleman, a writer called Nanak Singh Ji, and that he was very impressed by some of his writings. And the book that impressed him most cinematically was this book called Pavitra Papi. It's very, very difficult to make a novel into a film. Anything, you know, any classical writing becomes very difficult to translate into cinema because cinema has its own laws. You know, it lasts for just 2.5 hours, maybe 1.5 hours. So it was tough going and there was a lot of discussion about the ending because the book was very tragic. The fellow dies, the hero dies. And I had been signed on as a director. I sat for many months, I think it was 3 or 4 months, you know, polishing the script in dad's attic
in Juhu. In the meantime, Mr. Asit Sen approached me in Bombay to do a film as an actor. The film was called Anokhi Raat. I was not keen on this. Now, unfortunately or fortunately, but the film was a thundering success. It was a big hit. Suddenly everybody wanted me as an actor. And the producer said, you should not act, you should not direct our film Pavitra Papi. You should act in it. That was a bit of a shock. And that's what ultimately I had to do. I'm so happy to say, one of the most satisfying things about this film was that people liked the story, the script, which was slightly different from the book. But it was liked, and what makes me immensely happy is that to this day, my God, it's been about 35 years, maybe, it is still remembered, the film. After the early years of struggle and eventual success, he shifted residence in 1938 to Preetnagar, a small hamlet between Amritsar and Lahore, where he would oversee the editorial content of a literary journal, Preet Ladi, which went on to assume iconic status. In 1941, Nanak Singh built a house here called Raj Bhavan, named after his wife. Although he later shifted back to Amritsar due to family compulsions, he would frequently go back to its quiet, serene, and idyllic surroundings to rework and finalize new books. He would also retire to the cool climes of Srinagar, Simla, or Dharamsala, and later exclusively to Dalhousie, where he would complete the first draft of a new novel. The fact that he had little formal education never cloaked his vision, as is evident from the sale of his books 4 decades later, many of which are part of postgraduate studies in universities where Punjabi is a part of the syllabus. Many of Nanak Singh's works have been translated into various Indian languages, including Hindi. Sardar Nanak Singh, novelist, Dalhousie di sarzameen te aake, inne khoobsurat novel unhone likhe. Nanak Singh ji ਇੱਕ ਬਹੁਤ ਹੀ ਸਾਫ਼ ਸੁਥਰੇ ਔਰ ਇੱਕ ਐਸੇ ਬਜ਼ੁਰਗ ਹੋਏ ਨੇ ਸਾਡੇ, ਕਿਉਂਕਿ ਮੇਰੇ ਪਿਤਾ ਦੇ ਬੜੇ ਕਲੋਜ਼ ਸੀਗੇ, ਉਹਨਾਂ ਨੇ ਮੇਰੇ ਫਾਦਰ ਦੀ ਇੱਥੇ ਹਲਵਾਈ ਦੀ ਦੁਕਾਨ ਸੀ, ਉਸ ਦੁਕਾਨ 'ਤੇ ਬੈਠ ਕੇ ਪਵਿੱਤਰ ਪਾਪੀ ਨਾਸੂਰ ਵਰਗੇ ਨਾਵਲ ਦੀ ਸਿਰਜਣਾ ਕੀਤੀ। ਔਰ ਮੈਨੂੰ ਇੱਕ ਇੰਸੀਡੈਂਟ ਯਾਦ ਆਉਂਦਾ ਹੈ, ਇੱਥੇ ਇੱਕ ਮੈਂਟਲੀ ਰਿਟਾਰਡਡ ਐਕਸ ਸਰਵਿਸਮੈਨ ਸੀ, ਦਾਸ ਬਾਊ ਜੀ, ਉਹਨੂੰ ਆਉਂਦੇ ਜਾਂਦੇ ਅਕਸਰ ਦੇਖਿਆ ਕਰਦੇ ਸਨ, ਔਰ ਕਈ ਵਾਰੀ ਉਹਨਾਂ ਨੇ ਕਿਹਾ ਕਿ ਮੋਹਣ ਤੂੰ ਇਸ ਦਾਸ ਨੂੰ ਆਪਣੀ ਦੁਕਾਨ 'ਤੇ ਬਿਠਾ, ਮੈਂ ਇਹਨੂੰ ਦੇਖਣਾ ਚਾਹੁੰਦਾ। ਲੇਕਿਨ ਕਿਉਂਕਿ ਉਹ ਮੈਂਟਲੀ ਰਿਟਾਰਡਡ ਆਦਮੀ ਸੀ, ਇੱਕ ਜਗ੍ਹਾ 'ਤੇ ਨਹੀਂ ਬੈਠਦਾ ਸੀ ਕਦੀ ਵੀ, ਅਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਨਹੀਂ, ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੀ ਗੱਲ ਮੰਨੇਗਾ ਜਾਂ ਟਿੱਕ ਕੇ ਬੈਠ ਸਕਦਾ। ਲੇਕਿਨ ਨਾਨਕ ਸਿੰਘ ਜੀ ਨੇ ਕਿਹਾ ਕਿ ਨਹੀਂ ਮੋਹਨ, ਤੂੰ ਟਰਾਈ ਤਾਂ ਕਰ, ਇੱਕ ਵਾਰੀ 5 ਮਿੰਟ ਮੈਂ ਇਹਨੂੰ ਸਿਰਫ ਦੇਖਣਾ ਚਾਹੁੰਦਾ। ਔਰ ਮੇਰੇ ਪਿਤਾ ਨੇ ਉਸ ਦਾਸ ਨੂੰ ਕਿਹਾ ਕਿ ਦਾਸ ਚਾਏ ਪੀਏਗਾ, ਅਤੇ ਉਹ ਆ ਕੇ ਮੇਰੇ ਫਾਦਰ ਦੀ ਦੁਕਾਨ 'ਤੇ ਬੈਠ ਗਿਆ, ਔਰ ਸਾਹਮਣੇ ਬਾਊ ਜੀ ਉਹਨੂੰ ਲਗਾਤਾਰ ਇੱਕ ਨਜ਼ਰ ਨਾਲ ਦੇਖਦੇ ਰਹੇ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੋਹਣ, ਜਿੰਨੀ ਦੇਰ 'ਚ ਦਾਸ ਨੇ ਉਹ ਚਾਹ ਦਾ ਕੱਪ ਖਤਮ ਕੀਤਾ, ਉਸ ਉਹਨੇ ਵਕਫੇ ਦੇ ਵਿੱਚ ਬਾਊ ਜੀ ਨੇ ਕਿਹਾ ਕਿ ਮੇਰਾ ਇੱਕ ਨਾਵਲ ਤਿਆਰ ਹੋ ਗਿਆ ਹੈ, ਮੈਂ ਇਸ ਸ਼ਖਸ ਦੇ ਉੱਤੇ ਨਾਸੂਰ ਲਿਖਾਂਗਾ। ਸੋ ਦਿਸ ਵਾਜ਼ ਦੀ ਟੈਲੈਂਟ। ਵੈਲ, ਯੂ ਨੋ, ਮਾਈ ਗ੍ਰੈਂਡਫਾਦਰ ਵਾਜ਼ ਅ ਫਿਨੋਮੀਨਲ ਨੈਚੁਰਲ ਸਟੋਰੀ ਟੈਲਰ, ਐਂਡ ਈਅਰ ਆਫਟਰ ਈਅਰ ਹੀ ਵੁੱਡ ਚਰਨ ਆਊਟ one bestseller after another, and had a huge following in Punjabi literature. But there's this feeling that perhaps he didn't get the recognition that he deserved at a national and an international level, that had he been somebody writing in Hindi or in a major international language like English, perhaps he would have had much more of a viewers readership and a much bigger recognition for his talent. Here was a man who didn't write murder mysteries and yet produced page turners that kept readers hooked from the moment that you started reading one of his novels. So I think my mother was a strong inspiration for me in trying to urge me to say that why don't you take up one of his books for translation. And so I agreed and I said, all right, let me take a shot first at Pavitra Papi, which is one of his very famous books. And that was translated and published by Penguin as The Watchmaker.
was well received, and I think I got some encouragement from the response that so many people gave, that for the first time, those who did not read Gurmukhi, but only read in English, had an opportunity to access some of his work. And that led to a second book, which was Ad Khadiya Phul, a very famous novel of his, and I translated that with HarperCollins, and that is published as A Life Incomplete. And I'm very pleased that I'm now working on what is arguably one of his most famous books, Ik Mian Do Talwaran. This is a book on which he won the Sahitya Academy Award in 1962. And it's a very different book from the other two that I've translated. The first two are, you would put them broadly in the romantic tragedy kind of genre. Very powerful love stories, but with very tragic endings in both books. And these wonderful stories of unrequited love and of idealism. This one, Ik Mian Do Talwaran, is part history. So at one level, it's a historical account of the creation of the Gadar Party and of Kartar Singh Saraba as its principal character, the hero who later was also an inspiration for Shahid Bhagat Singh and for other nationalist leaders. At another level, it's also a story of romance. In fact, the book Ik Mian Do Talwaran, Two Swords in a Sheath, draws its title from the circumstances of a fictional family that has been created to blend into the historical story of the book. Nanak Singh died of a cardiac arrest on December 28, 1971 in Preetnagar, where a memorial to him still exists. In his centenary year, 1997, the Government of India issued a postal stamp in his honour, which was released by the then Prime Minister of India, acknowledging his contribution to Punjabi literature.